Subscribe now and press the bell icon. Never miss an update. ਪੋਸਟਮਾਰਟਮ ਦੀ ਜਿਹੜੀ ਰਿਪੋਰਟ ਹੈਗੀ ਆ ਉਹਦੇ ਵਿੱਚ ਕਰੰਟ ਕਿੱਥੇ ਦੱਸਿਆ ਗਿਆ ਤੁਹਾਡੇ ਮੁਤਾਬਕ? ਪੈਰਾਂ ਨੂੰ ਲੱਗਾ ਜੀ। ਪਰ ਜਿਹੜੇ ਉਹਦੇ ਜੀਜਾ ਜੀ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਵੀ ਗੋਡਿਆਂ ਤੇ ਲੱਗਿਆ। ਭਾਈ ਸਾਹਿਬ ਜਦੋਂ ਮਤਲਬ ਕਿ ਆਪਾਂ ਤਾਰ ਕੋਈ ਵੀ ਜੰਗਲ ਦੇ ਕੱਢੇ ਯੂਪੀ ਵੱਲ ਸਾਰੇ ਵੀ ਜਿੰਨੇ ਲੋਕ ਨੇ ਆਪਣੇ ਜਾਨਵਰਾਂ ਨੂੰ ਬਚਾਉਣ ਵਾਸਤੇ ਗੰਨਿਆਂ ਦੇ ਵਿੱਚ ਛੋਟੀ ਛੋਟੀ ਆਪਾਂ ਤਾਰ ਲਾ ਦਿੰਦੇ ਦੋ ਤਿੰਨ ਫੁੱਟ ਤੇ ਜੀ ਨਿੱਕੇ ਨਿੱਕੇ ਕਿੱਲੇ ਕੱਢ ਕੇ ਵੀ ਗੰਨਾ ਨੂੰ ਗੰਨਾ ਜਾਂ ਪਮਾਦ ਲਾ ਲਓ ਕਿਤੇ ਜਾਨਵਰ ਨਾ ਵੜਨ ਉਹ ਕਰੰਟ ਨੂੰ ਲਾ ਕੇ ਛੱਡ ਕੇ ਝਟਕਾ ਲਾ ਕੇ ਉਹ ਭੱਜ ਜਾਂਦੇ ਨੇ ਵੀ ਗੰਨਾ ਬਰਬਾਦ ਨਾ ਕਰਨ ਲਓ ਤੇ ਬਸ ਇੰਨੇ ਕੁ ਸਮਝ ਲਾ ਲਓ ਵੀ ਉਹ ਦੋ ਕੁ ਫੁੱਟ ਤੇ ਲਾਸਟ ਤਾਰ ਲਾਈ ਹੁੰਦੀ ਆਪਾਂ ਸੂਰਾਂ ਦੇ ਹਿਸਾਬ ਨਾਲ ਸੂਰ ਜਾਂ ਕਿੱਦਾਂ ਨਾ ਵੜਨਾ ਇੰਨੀ ਕੁ ਲੱਗੀ ਹੈ। ਤੇ ਉਹ ਜਿਹੜਾ ਜਿੱਥੇ ਲੜਕੇ ਦੀ ਲਾਸ਼ ਮਿਲਦੀ ਹੈ ਉਹ ਤੁਹਾਡੇ ਘਰ ਕਿੰਨੀ ਕੁ ਦੂਰ ਸੀ ਜਗ੍ਹਾ ਜੀ? ਉਹ ਲਾ ਲਓ ਜੀ ਕਿਲਾ ਡੇਢ ਕਿਲਾ। ਕਿਲਾ ਡੇਢ ਕਿਲਾ? ਤੁਸੀਂ ਇਹ ਕਹਿੰਦੇ ਹੋ ਵੀ ਲੜਕਾ ਤੁਹਾਡੇ ਘਰੇ ਗਿਆ ਹੀ ਨਹੀਂ ਜੀ? ਨਹੀਂ ਜੀ। ਤੁਹਾਡੀ ਲੜਕੀ ਇਹ ਬਾਰ ਬਾਰ ਫਿਰ ਕਿਉਂ ਕਹਿੰਦੀ ਹੈ ਵੀ ਤੁਸੀਂ ਉਹ ਖੇਤ ਵਿੱਚ ਜਾ ਕੇ ਦੇਖੋ ਉੱਥੇ ਹੋ ਸਕਦੀ ਹੈ? ਉਹ ਆਵਾਜ਼ ਤੁਹਾਡੀ ਲੜਕੀ ਦੀ ਹੈ? ਹਾਂ ਉਹ ਲੜਕੀ ਨੇ ਲੜਕੀ ਨੂੰ ਜਿਹੜੇ ਉਹਦੇ ਨਾਲ ਮੁੰਡੇ ਗਏ ਨੇ ਪਾਰ ਕੇ ਆਏ ਨੇ ਜਿਹੜੇ ਮੁੰਡੇ ਜੀ ਉਹਨਾਂ ਨੂੰ ਉਹਨੂੰ ਫੋਨ ਤੇ ਗੱਲ ਕੀਤੀ ਵੀ ਉਹ ਮੁੰਡਾ ਵਾਪਸ ਨਹੀਂ ਆਇਆ ਜਾਂ ਤੁਹਾਡੇ ਕੋਲ ਪਹੁੰਚ ਗਿਆ ਉਹਨੇ ਮੇਰੇ ਕੋਲ ਕੋਈ ਨਹੀਂ ਪਹੁੰਚਿਆ ਤੇ ਉਹਨੇ ਜਿਹਨੇ ਦੱਸਿਆ ਸੀ ਇੱਥੇ ਮੈਂ ਫੋਨ ਫੜਾਉਣਾ ਵਾਂਗਾ ਜੀ ਤੇ ਉਹ ਉੱਧਰ ਨੂੰ ਗਿਆ ਉਹਨੇ ਉਹ ਕੁੜੀ ਨੇ ਉਹ ਆਖਿਆ ਵੀ ਜਾ ਕੇ ਉੱਧਰ ਵੇਖੋ ਵੀ ਇੱਧਰ ਦੇ ਉਹ ਆਇਆ ਕੋਈ ਨਹੀਂ ਜਿੱਥੇ ਉਹ ਆਇਆ ਮੈਂ ਉੱਥੇ ਉਹ ਨਹੀਂ ਹੈਗਾ ਵੀ ਉੱਧਰੋਂ ਗਾਂ ਆਇਆ ਹੀ ਨਹੀਂ ਉਹ ਜਿਹੜਾ ਗੰਨਾ ਸੀ ਉਹ ਗੁਆਂਢੀਆਂ ਦਾ ਗੰਨਾ। ਪਰ ਤੁਹਾਨੂੰ ਨੀ ਲੱਗਦਾ ਵੀ ਜਿਵੇਂ ਜਿਸ ਤਰੀਕੇ ਦੇ ਨਾਲ ਬੇਟੀ ਗੱਲ ਕਰਦੀ ਹੈ ਬਹੁਤ ਸਲੋ ਉਹਦੇ ਆਵਾਜ਼ ਦੇ ਵਿੱਚ ਤੁਹਾਨੂੰ ਲੱਗਦਾ ਵੀ ਉਹਦੇ ਵਿੱਚ ਕੁਛ ਨਾ ਕੁਛ ਜਾਂਚ ਦਾ ਵਿਸ਼ਾ ਹੈਗਾ? ਪਰ ਉਹ ਚੋਰੀ ਕਰਨਾ ਤੇ ਬੱਚੇ ਨੇ ਹੌਲੀ ਗੱਲ ਕਰਨੀ ਭਾਈ ਘਰਦੇ ਸਾਹਮਣੇ ਕੋਈ ਬੱਚਾ ਕਰਦਾ ਗੱਲ? ਜਿਹੜੀ ਉਹ ਗੱਲਬਾਤ ਇਹਨਾਂ ਦੀ ਆਪਸ ਦੀ ਫਰੈਂਡਸ਼ਿਪ ਸੀਗੀ ਤੁਹਾਡੇ ਪਰਿਵਾਰ ਨੂੰ ਪਤਾ ਸੀ ਇਹਦੇ ਬਾਰੇ? ਕਿਸੇ ਨੂੰ ਕੁਛ ਨੀ ਪਤਾ ਜੀ। ਅੱਛਾ ਹੁਣ ਜੇ ਪੁਲਿਸ ਜਾਂਚ ਕਰਦੀ ਹੈ ਤੁਸੀਂ ਇਹ ਕਹਿ ਰਹੇ ਹੋ ਬੱਚਾ ਘਰੇ ਤੁਹਾਡੇ ਨਹੀਂ ਪਹੁੰਚਿਆ ਹਰਚਰਨ ਸਿੰਘ, ਜੇ ਕੱਲ ਤੋਂ ਉਹਦੀ ਲੋਕੇਸ਼ਨ ਇਹ ਆ ਜਾਂਦੀ ਹੈ ਵੀ ਬੇਟਾ ਤੁਹਾਡੇ ਘਰੇ ਗਿਆ ਸੀ, ਤੁਸੀਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੋ? ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ। ਪੁਲਿਸ ਨੇ ਹਰ ਤਰ੍ਹਾਂ ਦੀ ਜਾਂਚ ਕਰ ਲਈ ਹੈ, ਪੁਲਿਸ ਨੇ ਆਪ ਪੁਲਿਸ ਦੀਆਂ ਟੀਮਾਂ ਵੀ ਆ ਚੁੱਕੀਆਂ ਨੇ, ਡੋਗ ਸਪੋਟ ਵਗੈਰਾ ਕ੍ਰਾਈਮ ਬ੍ਰਾਂਚ ਵਾਲੇ ਵੀ ਉੱਥੇ ਆ ਚੁੱਕੇ ਨੇ ਜੀ। ਹਾਂਜੀ ਉਹ ਜਿੱਧਰ ਦੀ ਮੁੰਡਾ ਗਿਆ ਜਿੱਧਰ ਦੀ ਵਾਪਸ ਆਇਆ ਉੱਥੋਂ ਤੱਕ ਹੀ ਜਾਂਦੇ ਨੇ, ਗਾਂ ਕੋਈ ਕਿਤੇ ਨਹੀਂ ਗਿਆ ਜੀ। ਅੱਛਾ ਇੱਕ ਸਵਾਲ ਇਹ ਬਣਦਾ ਵੀ ਪਹਿਲੇ ਉਹਦਾ ਫੋਨ ਬੰਦ ਹੁੰਦਾ ਲੜਕੇ ਦਾ ਤੇ ਫੋਨ ਬੰਦ ਹੋਣ ਤੋਂ ਬਾਅਦ ਫੇਰ ਚੱਲ ਪੈਂਦਾ, ਇਹ ਕਿਸ ਤਰ੍ਹਾਂ ਹੋ ਸਕਦਾ ਜੀ? ਇਹਦੇ ਬਾਰੇ ਵੀ ਕੁਝ ਨਹੀਂ ਪਤਾ ਕਿਉਂਕਿ ਇਹ ਮੁੰਡੇ ਜਾਂ ਤਾਂ ਚੁੱਕੇ ਲੈ ਆਏ ਨੇ ਫੋਨ ਜਾਂ ਮੁੰਡੇ ਨੂੰ ਵੇਖਣ ਗਏ ਨੇ ਪਿੱਛੇ ਜਿਹੜੇ ਮੁੰਡੇ ਉਹਦੇ ਨਾਲ ਨੇ ਸ਼ਾਇਦ ਉਹਨਾਂ ਚੁੱਕਿਆ ਹੋਵੇ ਜੀ। ਹਾਂਜੀ ਤੁਹਾਡੀ ਹੁਣ ਤਾਜ਼ਾ ਕਦੋਂ ਤੁਹਾਡੀ ਬੇਟੀ ਨਾਲ ਗੱਲ ਹੋਈ ਹੈ? ਅੱਛਾ ਉਸ ਤੋਂ ਬਾਅਦ ਤੁਹਾਡੀ ਗੱਲ ਹੀ ਨਹੀਂ ਹੋਈ? ਨਹੀਂ ਜੀ। ਕਿੱਦਾਂ ਕਿਵੇਂ ਹੋ ਸਕਦਾ ਵੀ ਜਦੋਂ ਏਡਾ ਵੱਡਾ ਪਰਿਵਾਰ ਦੇ ਉੱਤੇ ਭਾਣਾ? ਮੈਨੂੰ ਪਰਿਵਾਰ ਮਤਲਬ ਕਿ ਉਹ ਇੰਨੇ ਡਿਸਪੈਸ਼ਨ ਤੁਰ ਗਈ ਹੈ ਮਤਲਬ ਹੋਈ ਜਾਂਦੀ ਉਹ ਗੱਲ ਹੀ ਨਹੀਂ ਕਰਦੀ ਉਹਦੀ ਮੇਰੀ ਕੋਈ ਗਲਤੀ ਨਹੀਂ ਹੈਗੀ। ਪਰ ਜਿਹੜੇ ਲੋਕ ਕਹਿ ਰਹੇ ਉਹਨੇ ਸੁਸਾਈਡ ਵੀ ਕਰ ਲਈ ਹੈਗੀ ਹੈ ਉਹਨਾਂ ਨੂੰ ਐਸਾ ਕੁਛ ਨਹੀਂ, ਸਭ ਅਫਵਾਹਾਂ ਫੈਲਾ ਰਹੇ ਨੇ, ਗਲਤ ਫੋਟੋਆਂ ਲਾ ਕੇ ਗਲਤ ਵਾਇਰਲ ਕਰ ਰਹੇ ਨੇ। ਕੁੜੀ ਨੂੰ ਵਿਖਲਾਉਣ ਵਾਲਾ ਮੁੰਡੇ ਦਾ ਚਾਚਾ ਹੈ, ਉਹ ਮੇਰਾ ਫਰੈਂਡ ਸੀ, ਉਹਦਾ ਨਾਂ ਗੁਰਸੇਵਕ ਸਿੰਘ। ਉਹਨੇ ਜਾਣ ਬੁੱਝ ਕੇ ਕੁੜੀ ਨੂੰ ਆਖਿਆ ਵੀ ਤੂੰ ਗੱਲ ਕਰ ਤੇਰੇ ਤੇਰੇ ਚਾਚਿਆਂ ਤੇਰੇ ਤਾਇਆਂ ਨਾਲ ਤੇਰੇ ਪਿਓ ਨਾਲ ਹੀ ਸਾਰਿਆਂ ਨਾਲ ਗੱਲ ਕਰਕੇ ਗੱਲ ਕਰ ਲਾਂਗੇ, ਤੂੰ ਟੈਨਸ਼ਨ ਨਾ ਲੈ, ਅਸੀਂ ਆਪੇ ਸਾਰੀ ਗੱਲ ਮੈਂ ਆਪੇ ਨਿਬੇੜ ਲਾਂਗਾ। ਉਹ ਬਚਪਨ ਤੋਂ ਸਾਡੇ ਘਰ ਆਉਣ ਜਾਣ ਸੀ ਉਹ ਬੰਦੇ ਦਾ, ਉਹ ਬੰਦੇ ਨੇ ਯਾਰ ਮਾਰ ਕੀਤੀ। ਉਹਨੇ ਮੁੰਡੇ ਨੂੰ ਵੀ ਸਿਖਾਉਂਦਾ ਰਿਹਾ ਕੁਛ, ਉੱਧਰ ਕੁੜੀ ਨੂੰ ਸਿਖਾਉਂਦਾ ਰਿਹਾ। ਉਹਦੇ ਵਿੱਚ ਉਹਦੀ ਗੁਰਸੇਵਕ ਸਿੰਘ ਦੀ ਮਨਸਾ ਕੀ ਹੋ ਸਕਦੀ ਹੈ ਜੀ? ਪਤਾ ਨੀ, ਅਗਰ ਉਹ ਕੁੜੀ ਵਾਲੇ ਘਰ ਉਹਦਾ ਬਚਪਨ ਦਾ ਆਉਣ ਜਾਣ ਸੀ ਉਹ ਬੰਦੇ ਦਾ, ਅਗਰ ਕੁੜੀ ਜਾਂ ਮੁੰਡੇ ਚ ਕਿਸੇ ਚ ਗਲਤੀ ਸਮਝਦਾ ਸੀ ਉਹਨੂੰ ਪਤਾ ਲੱਗਾ ਸੀ ਤੇ ਉਹ ਦੋਵਾਂ ਫੈਮਿਲੀਆਂ ਨੂੰ ਦੱਸ ਸਕਦਾ ਸੀ ਬੰਦਾ, ਕਿ ਦੋਵਾਂ ਬੰਦਿਆਂ ਦੀ ਰਿਸ਼ਤੇਦਾਰੀ ਹੈ, ਇੱਕ ਬੰਦੇ ਯਾਰੀ ਦੋਸਤੀ ਹੈ, ਉਧਰ ਉਹਨਾਂ ਦੀ ਸ਼ਾਇਦ ਰਿਸ਼ਤੇਦਾਰੀ ਮੁੰਡੇ ਵਾਲਿਆਂ ਨੂੰ ਕੋਈ ਚਾਚਾ ਤਾਇਆ ਇਸ ਤਰ੍ਹਾਂ ਕੁਛ ਲੱਗਦਾ। ਜਿਨ੍ਹਾਂ ਦੇ ਦੋਸ਼ ਲੱਗਦਾ ਪਿਆ ਉਹ ਰੀਅਲ ਚਾਚੇ ਇਸ ਸਮੇਂ ਕਿੱਥੇ ਹੈਗੇ ਆ ਜੀ? ਇੱਕ ਤੇ ਰਹਿੰਦਾ ਜੀ ਪੰਜਾਬ, ਉਹਨੂੰ ਤਾਂ ਦੋ ਢਾਈ ਮਹੀਨੇ ਹੋ ਗਿਆ ਇਹਨੂੰ ਪੰਜਾਬ, ਉਹ ਆਪਣਾ ਕੰਮ ਵਾਰ ਕਰਨ ਲੱਗ ਲਿਆ ਕੋਈ, ਤੇ ਜਿਹੜੇ ਦੂਜੇ ਦਾ ਨਾਂ ਲਾਂਡਾ ਇਹਨੇ ਉਹਦੇ ਉੱਧਰ ਘਾਰੀ ਨੂੰ, ਉਹ ਮਤਲਬ ਸਵੇਰੇ ਸ਼ਹਿਰ ਆਇਆ ਸੀ, ਉਹਨੂੰ ਮਗਰੋਂ ਪਿੰਡ ਚੋਂ ਫੋਨ ਗਿਆ ਵੀ ਤੁਹਾਡੇ ਗੁਆਂਢ ਇੱਥੇ ਬੜੀ ਲੋਕ ਇਕੱਠੇ ਹੋਏ ਨੇ, ਪੁਲਿਸ ਇਕੱਠੀ ਹੋਈ ਤੇ ਤੂੰ ਵਾਪਸ ਆ, ਫਿਰ ਉਹ ਉੱਥੇ ਗਿਆ ਜੀ। ਹਾਂਜੀ ਤੇ ਤੁਸੀਂ ਜੇਲ ਜਿਵੇਂ ਹੁਣ ਇਹ ਭਾਣਾ ਵਾਪਰਿਆ ਨੈਚੁਰਲੀ ਹੈ ਵੀ ਤੁਹਾਡਾ ਇਸ ਦੇ ਉੱਤੇ ਦੋਸ਼ ਤੁਹਾਡੇ ਪਰਿਵਾਰ ਦੇ ਉੱਤੇ ਲੱਗਦਾ ਪਿਆ, ਤੁਸੀਂ ਲੱਗ ਰਿਹਾ
ਤੁਸੀਂ ਕਦੇ ਇੰਨਾ ਸਮਾਂ ਦੇਰੀ ਕਿਉਂ ਕਰ ਦਿੱਤੀ ਵੀ ਤੁਹਾਨੂੰ ਆਪਣਾ ਪੱਖ ਰੱਖਣਾ ਚਾਹੀਦਾ ਸੀਗਾ? ਅਸੀਂ ਪੁਲਿਸ ਜਦੋਂ ਪੁਲਿਸ ਆਈ ਅਸੀਂ ਪੁਲਿਸ ਨੇ ਸਾਰੀ ਗੱਲ ਕੀਤੀ, ਪੁਲਿਸ ਨੇ ਚੈੱਕ ਕੀਤਾ ਸਾਰਾ ਕੁਛ। ਪੁਲਿਸ ਨੂੰ ਇੱਕੋ ਗੱਲ ਆਖੀ, ਜੋ ਸਹੀ ਤੱਥ ਉਹ ਸਾਹਮਣੇ ਆਉਣਾ ਚਾਹੀਦਾ। ਪੁਲਿਸ ਨੇ ਵੀ ਉਹ ਕਹਾ ਕਿਸੇ ਨਾਲ ਕੋਈ ਵੀ ਨਜਾਇਜ਼ ਨਹੀਂ ਹੁੰਦੀ, ਜੋ ਰਿਐਲਿਟੀ ਹੈ ਉਹ ਸਾਹਮਣੇ ਆਏਗੀ। ਪੁਲਿਸ ਨੇ ਸਾਰੀ